अस्सलाम वालेकुम व्यूवर्स मैं हूं साधुर रहमान और वेलकम करता हूं अपने चैनल फार्मिंग प्रोटोकॉल में व्यूवर्स आज की वीडियो हमारी कमेंट सेक्शन से रिलेटेड है कि जिन लोगों ने कमेंट्स में जो क्वेश्चंस पूछे थे गोल्डन मिस्री का काम शुरू करने के मुतलिक और व्हाट्सएप पे जिन लोगों ने पर्सनली क्वेश्चन पूछे थे तो आज बाबा जी से जो है ना वो उनका डिटेल जो है ना वो आंसर लेंगे तो वीडियो बड़ी हेल्पफुल है जो जिन व्यूवर्स ने अभी तक चैनल सब्सक्राइब नहीं किया वो चैनल भी सब्सक्राइब कर लें और वीडियो सब व्यूवर्स पूरी देखिएगा इन श्ला सब के लिए जो है ना बहुत फ़ायदा जो है वो डिस्कशन होगी तो चलिए आइए जो है ना वो क्वेश्चन शुरू करते हैं अच्छा तो व्यूवर सबसे पहले तो काफ़ी व्यूवर्स का ये कहना था कि बाबा जी से ना नंबर के मुतलक बात करें कि बाबा जी का नंबर मिल सकता है तो नहीं तो डायरेक्ट जो है ना वो बाबा जी से पूछते हैं कि क्या कहते हैं बाबा जी अपना नंबर थोड़ा ना ਲੋਕੀ ਕਹਿ ਰਹੇ ਨੇ ਕਿ ਸਾਨੂੰ ਨਾ ਆਪਣਾ ਨੰਬਰ ਦਵੋ ਅਸੀਂ ਤੁਹਾਡੇ ਨਾਲ ਗੱਲ ਕਰਨੀ ਪਰਸਨਲ ਤੇ ਉਹਦੇ ਬਾਰੇ ਚ ਸਾਨੂੰ ਨਾ ਦੱਸੋ ਕਿ ਕੀ ਕਹਿੰਦੇ ਹੋ ਦੇਖ ਲਈ ਇਹੀ ਗੱਲ ਹੈ ਤੁਹਾਡੇ ਨਾਲ ਕਿ ਮੈਂ ਆਪਣਾ ਜਿਹੜਾ ਇੰਟਰਵਿਊ ਦਿੰਨਾ ਉਹਦੇ ਚ ਆਪਣਾ ਨੰਬਰ ਨਹੀਂ ਦੇ ਰਿਹਾ ਇਸ ਵਾਸਤੇ ਕਿ ਮੇਰੇ ਕੋਲ ਕੰਮ ਇਤਨਾ ਹੁੰਦਾ ਹੈ ਕਿ ਮੈਂ ਉਧਰ ਵੀ ਧਿਆਨ ਕਰਨਾ ਹੁੰਦਾ ਹੈ ਇਹ ਹੈ ਵੀ ਤੁਸੀਂ ਮੇਰੇ ਕੋਲ ਸਵਾਲ ਕਰ ਜਾਈਏ ਕਰੋ ਉਸ ਦਾ ਤੁਹਾਨੂੰ ਜਵਾਬ ਦੇ ਦਿਆ ਕਰੋਗੇ ਤੁਸੀਂ ਅੱਗੇ ਅਟੈਂਡ ਕਰ ਲਿਆ ਕਰੋ ठीक है तो व्यूअर्स आप सुन सकते हैं बाबा जी ने कहा है कि आप जो अगर आपको कोई भी क्वेश्चन है ना तो कमेंट में लिख लें ठीक है WhatsApp पे मैसेज कर दें तो जो है ना इंशाल्लाह आपको जवाब आप जरूर मिलेगा अच्छा जी बाबा जी नजाकत भाई ने एक टेक्स्ट ला तो पूछ रहे हैं कि अपने को अगर दो मरले जगह होए ठीक है दो मरले जगह के बीच 20 बाय 29 दी उनना को जगह है ठीक है 29 फुट जड़ी ना लेंथ है ते 20 चौड़ाई है ਤੇ ਉਹ ਪੁੱਛ ਰਹੇ ਨੇ ਕਿ ਇਹਦੇ ਵਿੱਚ ਆਪਾਂ ਅਸੀਂ ਕਿੰਨੀਆਂ ਵੱਡੀਆਂ ਮੁਰਗੀਆਂ ਕਿੰਨੀਆਂ ਰੱਖ ਸਕਦੇ ਨੇ ਇਹ ਇੱਕ ਕਮਰਾ ਹੈ ਤਿੰਨ ਗਾਡਰ ਦਾ ਹੋ ਗਿਆ ਹੈ ਯਾਰ ਹਾਂਜੀ ਇਹ ਤਕਰੀਬਨ ਇੰਨਾ ਇੰਨਾ ਕੁ ਏਰੀਆ ਹੈ ਉਸ ਦੇ ਵਿੱਚ 2250 ਮੁਰਗੀ ਆ ਸਕਦੀ 2250 ਮੁਰਗੀ ਆ ਸਕਦੀ ਹੈ ਠੀਕ ਹੈ ਅੱਛਾ ਬਾਬਾ ਜੀ ਕਰਾਚੀ ਤੋਂ ਇੱਕ ਭਾਈ ਸਾਹਿਬ ਹੈ ਉਹਨਾਂ ਨੇ ਆਪਣਾ ਨਾਮ ਨਹੀਂ ਮੈਨੂੰ ਯਾਦ ਨਹੀਂ ਰਿਹਾ ਉਹਨਾਂ ਨੇ ਦੱਸਿਆ ਨਹੀਂ ਉਹ ਪੁੱਛ ਰਹੇ ਸਨ ਕਿ ਅਗਰ ਮੈਂ ਬਿਲਕੁਲ ਨਾ ਹਜੇ ਨਵਾਂ ਮੈਂ ਇਸ ਕੰਮ ਦੇ ਵਿੱਚ ਨਹੀਂ ਪਿਆ ਹਜੇ ਬਿਲਕੁਲ ਨਾ 골ਡਨ ਮਿਸਟਰੀ ਦੇ ਬਾਰੇ ਵਿੱਚ ਲੇਕਿਨ ਉਹਨਾਂ ਨੂੰ ਸ਼ੌਕ ਹੈ ਵੇ ਉਹ ਪੁੱਛ ਰਹੇ ਸਨ ਕਿ ਅਗਰ ਜਿਹੜਾ ਤੁਸੀਂ ਪਹਿਲੇ ਵੀ ਇਹ ਗੱਲ ਕੀਤੀ ਹੈ ਕਿ ਅਗਰ ਕੋਈ ਬੰਦ ਅਗਰ ਉਹ ਕਹਰੇ ਸਨ ਕਿ ਤੁਹਾਡੇ ਕੋਲ ਆ ਕੇ ਕੋਈ 5-10 ਦਿਨ ਵਾਸਤੇ ਰੁਕ ਸਕਦੇ ਨੇ ਕਿ ਤਜਰਬਾ ਤੁਹਾਡੇ ਕੋਲ ਹਾਸਲ ਕਰਨ ਤੇ ਉਸ ਬਾਰੇ ਚ ਦੱਸ ਦਿਓ ਜੀ ਦੇਖੋ ਜੀ ਇਹ ਕੋਈ ਇਹ ਇਹ ਜੋਈ ਕੋਈ ਨਹੀਂ ਜਿਹੜੇ ਬੰਦਾ ਖੋਲ ਕੇ ਦੇ ਦੂਵੇ ਅਗਲੇ ਨੂੰ ਅਗਲਾ ਇੰਨੇ ਖ ਦੇਣਾ ਉਸ ਚੀਜ਼ ਦਾ ਤਜਰਬਾ ਕਰ ਲਵੇ ਜੀ ਇਹ ਤੇ ਸਮੁੰਦਰ ਹੈ ਹੂੰ ਹੂੰ ਇਸ ਦੇ ਵਿੱਚ ਸੈਕਿੰਡਾ ਜੀ ਕੁਝ ਹੁੰਦਾ ਹੈ ਸੈਕਿੰਡਾ ਜੀ ਕੁਝ ਹੁੰਦਾ ਹੈ ਹੁਣ ਸਾਡਾ ਕੰਮ ਹੁੰਦਾ ਹੈ ਵੈਕਸੀਨ ਉਹਦੀਆਂ ਮੁਕੰਮਲ ਕਰਨੀਆਂ ਹੁਣ ਜਿਸ ਤਰ੍ਹਾਂ ਸਾਡੇ ਕੋਲ ਰਾਤ ਦਾ ਚੂਹਾ ਆਇਆ ਅਸੀਂ ਤੁਹਾਡੇ ਸਾਹਮਣੇ ਬਾਹਰ ਬੈਠੇ ਜੀ ਬਿਲਕੁਲ ਤੇ ਅਸੀਂ ਉਹ ਚੀਜ਼ਾਂ ਤੇ ਉਹਨੂੰ ਦਿਖਾ ਸਕਦੇ ਹਾਂ ਹਾਂਜੀ ਬਾਕੀ ਜੇ ਉਹ ਤਜਰਬਾ ਕਰਨਾ ਚਾਹੁੰਦਾ ਹੈ ਉਹ ਤਜਰਬਾ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਹੂੰ ਕਿਉਂਕਿ ਇਹ ਜਾਨਵਰ ਦਾ ਇੱਕ ਹੋਰ ਸਾਹਬ ਹੈ ਜੀ ਸਾਲ 6 ਮਹੀਨੇ ਨਾਲ ਰਹਿ ਕੇ ਪਤਾ ਲੱਗਦਾ ਵੀ ਕਿਸ ਤਰ੍ਹਾਂ ਇਹ ਕੰਮ ਹੈ ਕਿਸ ਤਰ੍ਹਾਂ ਇਹਨੂੰ ਸੰਭਾਲਣਾ ਹੈ ਮਤਲਬ ਇੱਕ ਟਾਈਮ ਦੇ ਕੇ ਤੁਸੀਂ ਕਹਿ ਰਹੇ ਕਿ ਫਿਰ ਆਉਂਦਾ ਹੈ 15 ਦੇ ਉਹ ਆ ਜਾਣਗੇ ਇੱਥੇ ਸਾਡੇ ਕੋਲ ਕੰਮ ਕਰਾਉਣਗੇ ਹੈ ਤੀਸਰੇ ਚੌਥੇ ਦਿਨ ਕਹਿਣਗੇ ਯਾਰ ਸਾਨੂੰ ਤਾਂ ਪਤਾ ਨਹੀਂ ਕਿਹੜੀ ਮੁਸੀਬਤ ਜੋ ਸੀ ਕਹਿ ਰਹੇ अच्छा ये व्यूअर्स कम ये कमरा है ठीक है अगर कोई आ, आना चाहता है तो वेलकम है बाबा जी की तरफ से भी ठीक है तो लेकिन बाबा जी ये कह रहे ने कि ये काम जेड़ा ना है थानू मतलब ये 10 15 दिन की सीखने वाली चीज नहीं।, नहीं है ठीक है तुम आओ अगर तुम आना चाहते हो मोस्ट वेलकम है थानू ठीक है मैं एड्रेस नीचे सारा मेंशन कर दूंगा ते जेड़ा ना तुम आके इथे मतलब सीख सकते हो अच्छा एक क्वेट ਦੇ ਵਿੱਚ ਉਹ ਨਾ ਇੱਕ ਭਾਈ ਸਨ ਲਾਹੌਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਛੋਟਾ ਭਾਈ ਤੇ ਉਹ ਵੀ ਪੁੱਛ ਰਹੇ ਸਨ ਬਾਬਾ ਜੀ ਇਸੇ ਚੀਜ਼ ਦੇ ਬਾਰੇ ਚ ਤੇ ਉਹਨਾਂ ਦੇ ਬਾਰੇ ਚ ਵੀ ਇਹੀ ਜਵਾਬ ਹੈ ਤੇ ਨੈਕਸਟ ਜਿਹੜਾ ਨਾ ਉਹ ਕੁਐਸਚਨ ਪੁੱਛਨੇ ਅੱਛਾ ਬਾਬਾ ਜੀ ਇੱਕ ਨਾ ਹੋਰ ਕਮੈਂਟ ਆਇਆ ਹੈ ਇੱਕ ਮੈਸੇਜ ਆਇਆ ਸੀ WhatsApp ਤੇ ਕਿ ਇੱਕ ਨਾ ਲੜਕਾ ਹੈ ਤਾਲਬੇ ਇਲਮ ਕਹਿ ਰਿਹਾ ਮੈਂ ਤਾਲਬੇ ਇਲਮਾਂ ਤੇ ਮੈਂ ਆਪਣੀ ਛੱਤ ਦੇ ਉੱਪਰ ਕੁ ਦੋ 250 ਮੁਰਗੀ ਰੱਖਣਾ ਚਾਹਨਾ ਵਾ ਤੁਸੀਂ ਇਹ ਕਹ ਇਹ ਦੱਸ ਦੋ ਕਿ ਕਿ ਉਹ ਦਾ ਨਾਮ ਹੈ ਛੱਤ ਦੇ ਉੱਪਰ ਮੈਂ ਰੱਖ ਸਕਣਾ ਮੈਂ 2 250 ਮੁਰਗੀ ਤੇ ਇਸ ਤੋਂ ਇਲਾਵਾ ਦੂਸਰੀ ਗੱਲ ਇਹ ਵੇ ਕਿ ਉਹਦੀ ਮੈਂ ਸੁਣਿਆ ਕਹਿੰਦਾ ਕਿ 스멜 ਵਗੈਰਾ ਹੁੰਦੀ ਏ ਤੇ 스멜 ਵਗੈਰਾ ਤੋਂ ਸਾਡੇ ਕੋਈ ਜਿਹੜੇ ਪੜੋਸੀ ਨੇ ਉਹ ਤੇ ਪਰੇਸ਼ਾਨ ਨਹੀਂ ਹੋਣਗੇ ਇਹ ਜ਼ਰਾ ਦੋਵੇਂ ਗੱਲਾਂ ਦੱਸ ਦਿਓ ਦੇਖੋ ਜੀ ਗੱਲ ਇਹ ਹੈ ਕਿ ਅਗਰ ਤੇ ਉਹ ਕਿਸੇ ਧਿਆਨ ਤੇ ਰਹਿਣ ਵਾਲਾ ਹੈ ਜੀ ਤੇ ਫਿਰ ਵੀ ਅਨਗਵਾਨ ਕੋਲੋਣਾ ਯਾਨੀ ਕਿ ਇਜਾਜ਼ਤ ਲਵੇ ਠੀਕ ਹੈ ਅਗਰ ਕਮੇਟੀ ਦੇ ਹਦੂਦ ਵਿੱਚ ਹੈ ਫਿਰ ਤੇ ਉਹਨੂੰ ਕਿਸੇ ਨੇ ਇਸ ਤਰ੍ਹਾਂ ਕਰਨ ਨਹੀਂ ਦੇਣਾ ਸਟੇ ਲੈ ਲੈਣ ਦੇ ਨੇ ਲੋਕੇ ਸਟੇ ਲੈ ਲੈਣ ਦੇ ਜੀ ਇਸ ਵਾਸਤੇ ਉਹਨੂੰ مشورہ یہی ہے کہ وہ اپنا علیحدہ کسی 사이ٹ علیحدہ ਕਿਤੇ فارم یا کوئی چھوٹی موٹی جگہ ਲਵੇ ਜਿੱਥੇ ਕੋਈ 인ਦਲਕ آبادی ਨਾ ਹੋਵੇ ਠੀਕ ਹੈ ਠੀਕ ਹੈ ਤੇ ਦੋ ਇੱਕ ਦੂਸਰਾ ਜਿਹੜਾ ਕੁਐਸਚਨ ਸੀ ਕਿ 250 ਮੁਰਗੀ ਜਿਹੜੀ ਛੱਤ ਤੇ ਪਲ ਸਕਦੀ ਹੈ ਅੰਡੇਆ ਵਾਸਤੇ ਕਿ ਅੰਡੇ ਵੀ ਉਹਨਾਂ ਕੋਲ ਉੱਥੇ ਲੈ ਜਾਣ ਹਾਂਜੀ ਅੰਡੇ ਛੱਤ ਉੱਪਰ ਪਲ ਸਕਦੀ ਹੈ ਯਾਨੀ ਕਿ ਮਹੀਨਾ ਡੇਢ ਮਹੀਨਾ ਦਾ ਪਲੋਏ ਜਾਨਵਰ ਲੈ ਲਵੇ ਜੀ ਜੀ ਤੇ ਉਸ ਦੇ ਕੇਅਰ ਕਰੇ ਅੱਗੇ ਨੂੰ ਤੇ 5 6 5 5.5 ਮਹੀਨੇ ਬਾਅਦ ਆ ਗਿਆ ਉਹ ਠੀਕ ਹੈ ਮਤਲਬ ਉਹ ਛਾਤੇ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ ਠੀਕ ਕਰ ਸਕਦਾ ਲੇਕਿਨ ਇਹ ਹੈ ਕਿ ਦਿਹਾਤ ਜਿਸ ਤਰ੍ਹਾਂ ਹੁਣ ਕੱਲਾ ਘਰ ਕੋਈ ਹੋਇਆ ਉਹ ਆਪਣੀ ਛੱਤ ਤੇ ਜੋ ਮਰਜ਼ੀ ਕਰੇ ਜੀ ਜੀ ਆਪਣੇ ਘਰ ਇਹ ਕਰੇਗਾ ਨਾਲ ਦੇ ਗਵਾਂਡ ਨੂੰ ਬਦਬੂ ਜਾਵੇਗੀ ਉਹ ਸਟੇ ਲੈ ਲੈਣਗੇ ਹਾਂ ਜੀ ਉਹ ਬਿਲਕੁਲ ਪਰੇਸ਼ਾਨ ਹੋਣਗੇ ਉਹਨਾਂ ਕੋਲੋਂ ਇਜਾਜ਼ਤ ਲਵੇਗਾ ਜੀ ਚਲੋ अच्छा बाबा जी एक और बंदा ਸੀ ਉਹ ਪੁੱਛ ਰਿਹਾ ਹੈ ਕਿ ਸਾਨੂੰ ਆਪਾਂ ਪਹਿਲੇ ਵੀਡੀਓ ਵੀ ਬਣਾਈਏ ਦਿੱਤੇ ਨਾ 1000 ਚੂਜ਼ੇ ਦੀ ਫੀਡ ਤੇ ਖਰਚਾ ਤੇ ਉਹਦਾ ਸਾਰਾ ਮਤਲਬ ਕਿ ਕਿੰਨੇ ਦਾ ਆਇਆ ਕਿੰਨੇ ਦਾ ਗਿਆ ਉਸ ਤੋਂ ਇਲਾਵਾ ਵੀ ਇੱਕ ਬੰਦਾ ਹੈ ਕਿ ਨਾ ਪੁੱਛ ਰਿਹਾ ਸੀ ਕਿ ਸਾਨੂੰ ਨਾ ਮੈਨੂੰ 1000 ਚੂਜ਼ੇ ਦੀ 40 ਦਿਨ ਦੀ ਫੀਡ ਦਾ ਖਰਚਾ ਦੱਸ ਦੋ ਉਸ ਤੋਂ ਬਾਅਦ ਫਾਰਮ ਦੇ ਰੈਂਟ ਦਾ ਕਿੰਨਾ ਖਰਚਾ ਆਏਗਾ ਅਗਰ ਕਿਰਾਏ ਤੇ ਲੈ ਰਿਆ ਤੇ ਨਾਲ ਹੋਰ ਐਕਸਪੈਂਸ ਅਗਰ ਕੋਈ ਬੰਦਾ ਹੋ ਰੱਖਦਾ ਤੇ ਉਹਦਾ ਖਾਣ ਪੀਣ ਜਾਂ ਉਹਦਾ ਦੇਖੋ ਜੀ ਇਸ ਦੇ ਵਿੱਚ ਹਜ਼ਾਰ ਜਾਨਵਰ ਤੇ ਖਰਚਾ ਜਿਹੜੇ ਕਰਨਾ ਹੈ ਨਾ ਜੀ ਉਹ ਜਾਂ ਤੇ ਖੁਦ ਕੰਮ ਕਰੇ ਠੀਕ ਥੋੜਾ ਜਿਹਾ ਉੱਚੀ ਬੋਲੇ ਥੋੜੇ ਜਾਂ ਤੇ ਆਪ ਉਸ ਦੀ ਕੇਅਰ ਕਰੇ ਆਪ ਠੀਕ ਹੈ ਸਾਰਾ ਯਾਨੀ ਕੋ ਖੁਰਾਕ ਪਾਣੀ ਆਪ ਕਰੇ ਠੀਕ ਤੇ ਕੁਝ ਦਿਨ ਕਿਸੇ ਕੋਲ ਉਹ ਕੰਮ ਦੇਖੇ ਪਹਿਲੇ ਠੀਕ ਤੇ ਕਿਉਂਕਿ ਉਹਨੂੰ ਪਤਾ ਲੱਗੇਗਾ ਤਾਂ ਫਿਰ ਉਹ ਆਪ ਕਰ ਸਕੇਗਾ ਹਾਂਜੀ ਤੇ ਜੇ ਕਿਸੇ ਨੂੰ ਰੱਖੇਗਾ ਤਾਂ ਉਹ ਤਾਂ ਇੱਕ ਕਿਸਮ ਦਾ ਜੇ ਕੋਈ ਹਜ਼ਾਰ ਜਾਨਵਰਾਂ ਚ ਕੋਈ ਪ੍ਰਾਫਿਟ ਹੈ ਤੇ ਉਹ ਵਿਚਾਰੇ ਨੇ ਤਨਖਾਹ ਲੈ ਜਾਣੀ ਹਾਂ ਤੇ ਬਿਲਕੁਲ ਕਿਉਂਕਿ ਹੁਣ ਤੁਹਾਡੇ ਸਾਹਮਣੇ ਕਿੰਨਾ ਮਾਲ ਹੁੰਦਾ ਹੈ ਹਾਂਜੀ ਬਿਲਕੁਲ ਤੇ ਫਿਰ ਵੀ ਇਹੀ ਹੁੰਦਾ ਹੈ ਕਿ ਉਹ ਜੀ ਗਾਹ ਕਹਿੰਦਾ ਕਿ ਇਸ ਰੇਟ ਦਾ ਸਾਨੂੰ ਚੀਜ਼ ਮਿਲ ਜਾਵੇ ਸਾਨੂੰ ਅਸੀਂ ਕਹਨੇ ਆ ਗਏ ਸਾਨੂੰ ਇਹ ਚੀਜ਼ ਹੋ ਜਾਵੇ ਹਾਂ ਜਾਨਕਿ ਇਹ ਬੜੇ ਮਸਲੇ ਹੁੰਦੇ ਨੇ ਤੇ ਹਜ਼ਾਰ ਜਾਨਵਰ ਵਾਲੇ ਵਾਸਤੇ ਤੇ ਯਾਨਕਿ ਉਹ ਜੇ ਕਿਸੇ ਕੋਲ ਕਰਾਏਗਾ ਸ਼ੈਡ ਕਿਰਾਏ ਤੇ ਲਾਏਗਾ ਯਾਨਕਿ ਖਰਚੇ ਤੇ ਬਹੁਤ ਜ਼ਿਆਦਾ ਪੈ ਜਾਂਦੇ ਜੀ ਤੇ ਫੀਡ ਦਾ ਉਹਨੂੰ 40 ਦਿਨਾਂ ਦਾ ਇਹਨਾਂ ਆਪਾਂ ਇੱਕ علیحدਦਾ ਵੀ ਇਹਦੇ ਤੇ ਵੀਡੀਓ ਬਣਾਣੀ ਹੈ ਫਿਰ ਮਜ਼ੀਦ ਨਾ ਕਿ ਇੱਕ ਮੁਕੰਮਲ ਖਰਚਾ ਜਿਹੜਾ ਪਤਾ ਲੱਗ ਜਾਏ ਲੋਕਾਂ ਨੂੰ अच्छा बाबा जी कमेंट्स ਦੇ ਵਿੱਚ ਵੀ ਤੇ ਉੰਜ ਵੀ ਕਾਫੀ ਲੋਕਾਂ ਦੇ ਫੋਨ ਵੀ ਆਏ ਨੇ ਇਹ ਗੱਲ ਨਾ ਮੇਨ ਕੁਐਸਚਨ ਇਹ ਪੁੱਛ ਰਹੇ ਨੇ ਕਿ ਅਸੀਂ ਆਪਣਾ ਮਾਲ ਤਿਆਰ ਤੇ ਕਰ ਲਈਦਾ ਠੀਕ ਹੈ ਮਿਸਰੀ ਮੁਰਗੀ ਦਾ ਤੇ ਫਿਰ ਉਹਨੂੰ ਅਸੀਂ ਸੇਲ ਉਹਨੂੰ ਕਿੱਥੇ ਕਰੀਏ ਠੀਕ ਹੈ ਫਿਰ ਕਹਿੰਦੇ ਵੀ ਨੇ ਕਿ ਸਾਨੂੰ ਨਾ ਕੋਈ ਵਪਾਰੀ ਲਵਾ ਦਿਓ ਤੇ ਉਹਦੇ ਉੱਤੇ ਤੁਸੀਂ ਕੀ ਕਹੋਗੇ ਕਿ ਮਾਲ ਜਿਹੜਾ ਉਹ ਕਿਵੇਂ ਤੁਸੀਂ ਕਿਵੇਂ ਵੇਚਦੇ ਹੋ ਤੁਸੀਂ ਆਪਣਾ ਵੀ ਦੱਸ ਦਿਓ ਅਸੀਂ ਤੇ ਇਸ ਤਰ੍ਹਾਂ ਵੇਚਦੇ ਆ ਕਿ ਸਾਡੇ ਕੋਲ ਸਾਡੇ ਕੋਲ ਵੀ ਕਮਿਸ਼ਨ ਅਗਲੇ ਲੈ ਕੇ ਨਾ ਯਾਨੀ ਕਿ ਮਾਲ ਸਪਲਾਈ ਕਰਦੇ ਆਂ ਸਹੀ ਸਾਡੇ ਅਸੀਂ ਵੀ ਜਿਹੜਾ ਮਾਲ ਕਿਸੇ ਤੋਂ ਸਪਲਾਈ ਕਰਾਵਾਂਗੇ ਉਹਦੀ ਕਮਿਸ਼ਨ ਹੋਵੇਗੀ ਹਾਂਜੀ ਮਸਲਾ ਇਹ ਹੁੰਦਾ ਹੈ ਕਿ ਹੁਣ ਹਜ਼ਾਰ ਜਾਨਵਰ ਹੈ ਜਾਂ 500 ਜਾਨਵਰ ਹੈ ਉਹਦਾ ਮਾਲ ਨਹੀਂ ਵਿਕ ਰਿਹਾ ਮਾਲ ਨੂੰ ਕੋਈ ਫਾਲਟ ਹੈ ਹਾਂਜੀ ਹੈ ਤੇ ਉਹ ਤੇ ਡਾਇਰੈਕਟ ਵੀ ਨਹੀਂ ਵਿਕ ਰਿਹਾ ਤੇ ਕਮਿਸ਼ਨ ਵਾਲੇ ਨੂੰ ਉਸਦਾ ਕੀ ਫਾਇਦਾ ਹੋਣਾ ਉਹ ਆਪਣੇ ਕੋਲੋਂ ਖਰਚਾ ਕਰਕੇ ਵੀ ਜਾਏ ਆਏਗਾ ਵਪਾਰੀ ਨੂੰ ਲੈ ਕੇ ਜਾਏਗਾ ਤੇ ਉਧਰ ਬੇਇੱਜ਼ਤੀ ਕਰਾਏਗਾ ਵਪਾਰੀ ਨੂੰ ਵੀ ਇਹੋ ਜਿਹਾ ਮਾਲ ਤੇ ਇਸ ਵਾਸਤੇ ਇਹੀ مشورہ ਹੈ ਕਿ ਮਾਲ ਤੰਦਰੁਸਤ ਹੋਣਾ ਚਾਹੀਦਾ ਹੈ ਤੇ ਮਾਲ ਜ਼ਿਆਦਾ ਮਾਲ ਹੈ ਤੇ ਮੌਸਮ ਆਪਣੇ ਹਿਸਾਬ ਨਾਲ ਹੁਣ ਅਸੀਂ ਜੇ ਕਈ 42 ਦਿਨਾਂ ਦਾ ਚੂੜਾ ਸੇਲ ਕਰੀਏ ਹਾਂਜੀ ਹੁਣ ਉਹ ਟਾਈਮ ਨਹੀਂ ਹੈ ਹਾਂਜੀ ਪਿਛਲੇ ਮਹੀਨੇ ਤੱਕ ਯਾਨੀ ਕਿ ਸਾਡਾ ਉਹ ਜਾਨਵਰ ਵਿਗਦਾ ਰਿਹਾ ਹੁਣ ਅਸੀਂ ਜਿਹੜਾ ਪਾਲਣਾ ਹੈ ਇਹ ਕਿਸਮ ਦਾ ਕਿਲੋ 1/2 ਕਿਲੋ ਦਾ ਕਰਕੇ ਅਸੀਂ ਸੇਲ ਕਰਨਾ ਹੈ ਯਾ ਮਤਲਬ ਇਹਨਾਂ ਦਿਨਾਂ ਦੇ ਵਿੱਚ ਹੁਣ ਛੋਟਾ ਚੂੜਾ 30 40 ਦਿਨਾਂ ਵਾਲਾ ਨਹੀਂ ਉਹਦੀ ਮੰਗ ਨਹੀਂ ਹੈ 42 ਦਿਨਾਂ ਦਾ ਆਲੇ ਦੀ ਮੰਗ ਕੋਈ ਮੰਗ ਨਹੀਂ ਹੈ ਹੁਣ ਕਿਲੋ ਵਾਲੀ ਦੀ ਮੰਗ ਅੱਜ ਤੱਕ ਇੱਕ ਸੀਗੀ ਜੇ ਕਿ ਸਗੋਂ ਖੜਾ ਸੀ ਉਹ ਅਗਲੇ ਮੰਗ ਰਿਹਾ ਸੀ ਲੇਕਿਨ ਜੇ ਹੁਣ ਅੱਗੋਂ ਅਗੜਾ ਪਾ ਕੇ ਕਹੇਗੇ ਮੈਂ ਜੀ ਮਹੀਨੇ ਬਾਅਦ ਤਕਰੀਬਨ ਨਹੀਂ ਹੋਏਗਾ ਨਹੀਂ ਹੋਏਗਾ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਕਿ ਆਪਾਂ ਫਿਰ ਜਿਹੜੇ ਵਪਾਰੀ ਨੂੰ ਪਸੰਦ ਆਏਗਾ ਮੰਨ ਲਓ ਉਹਨੇ ਉਹ ਮਾਲ ਲੈ ਕੇ ਜਾਣਾ ਹਾਂਜੀ ਕਿਉਂਕਿ ਹੁਣ ਵਪਾਰੀ ਨੂੰ 2 ਰੁਪਏ ਵੀ ਕਿਸੋ ਘੱਟ ਰੇਟ ਤੇ ਮਿਲੇਗਾ ਨਾ ਤੇ ਉਹਨੇ ਉਹ ਮਾਲ ਚੁੱਕ ਲੈਣਾ ਤੁਹਾਡੇ ਕੋਲ ਕੰਡਾ ਕਰਾਉਣਗੇ ਇਹ ਗੱਡੀਆਂ ਵਾਲੇ ਇਸ ਤਰ੍ਹਾਂ ਕਰ ਜਾਂਦੇ ਨੇ ਤੇ ਤੁਹਾਡੇ ਕੋਲ ਆ ਪਿੱਛੇ ਹੋਇਆ ਜਿਵੇਂ ਹਾਂਜੀ ਸਾਡੇ ਕੋਲ ਇਸ ਤਰ੍ਹਾਂ ਹੀ ਹੋਇਆ ਤਿੰਨ ਦਿਨ ਸਾਡੇ ਮਗਰ ਫਿਰਦੇ ਰਹੇ ਇੱਕ ਦਿਨ ਮਾਲ ਦੇਖ ਕੇ ਕਹਿਣ ਅੱਛਾ ਜੀ ਅਸੀਂ ਕੰਡਾ ਕਰ ਕੰਡਾ ਕਰ ਗਿਆ ਨੇ ਕੰਡਾ ਐਸਾ ਹੋਇਆ ਉਹ ਮੁੜ ਕੇ ਨਹੀਂ ਆਏ ਮਤਲਬ ਰੇਟ ਤੇ ਸਾਰਾ ਵਪਾਰੀ ਦੀ ਪਸੰਦ ਹਾਲਾਂਕਿ ਅਕਾਊਂਟ ਨੰਬਰ ਸਾਰਾ ਕੁਝ ਉਹਨਾਂ ਦਾ ਸਾਡੇ ਕੋਲ ਸੀਗਾ ਲੈ ਜੀ ਪੈਸਾ ਆ ਰਿਹਾ ਜੀ ਇਹ ਤੁਹਾਡੇ ਇਧਰ ਅਕਾਊਂਟ ਜਾਈ ਜਾਏਗਾ ਤੇ ਰੋਟੀ ਖਾਣ ਗਏ ਦੂਸਰੇ ਦਿਨ ਫੇਰ ਕੰਡਾ ਕਰਾਇਆ ਉਹ ਕੰਡਾ ਫੇਰ ਨਹੀਂ ਕਿ ਮਾਰ ਰੁਕਦਾ ਕੋਈ ਨਹੀਂ ਹੁੰਦਾ ਮਾਲ ਸੇਲ ਹੋ ਗਿਆ ਤੇ ਡਾ ਵੀ ਨਿਕਲ ਗਿਆ ਲੇਕਿਨ ਕੀ ਉਹ ਚੌ ਦਿਨ ਕਿ 4 ਰੁਪਏ 3 ਰੁਪਏ 2 ਰੁਪਏ ਸਾਨੂੰ ਹੋਰ ਬਚਿਆ ਹੋਰ ਬਚਿਆ ਜੀ ਜੀ ਰੇਟ ਕਿਉਂਕਿ ਇਸ ਤਰ੍ਹਾਂ ਦੇ ਰੇਟ ਹੁੰਦੇ ਆ ਕਿ ਜਿਹੜਾ ਰੇਟ ਲੱਗ ਗਿਆ ਕੋਈ ਵਪਾਰੀ ਨੂੰ ਜ਼ਰੂਰਤ ਹੈ ਉਹ ਲੈ ਜਾਂਦਾ ਜਦੋਂ ਮਾਲ ਨਾ ਮਿਲਦਾ ਹੋਵੇ ਤਿੰਨ ਤਿੰਨ ਦਿਨ ਇੱਥੇ ਬੈਠੇ ਰਹਿੰਦੇ ਫਿਰ ਇੱਥੇ ਤਰਲੇ ਮਾਰਦੇ ਨੇ ਤੇ ਇਹ ਹੁੰਦਾ ਠੀਕ ਅੱਛਾ ਦੂਸਰਾ ਇੱਕ ਹੋਰ ਵੀ ਬਾਈ ਦਾ ਕੁਐਸਚਨ ਸੀ ਕਿ ਕੇਪੀਕੇ ਜੇ ਤੁਸੀਂ ਜਿਹੜਾ ਇਹ ਖੈਬਰ ਪਖਤੂਖਾਨ ਚ ਤੁਸੀਂ ਨਵੀਂ ਹੈਚਰੀ ਮਤਲਬ ਜਿਹੜੀ ਤੁਹਾਡੀ ਹੈ ਆਪਣੀ ਕਹਿੰਦੇ ਸਨ ਕਿ ਉਹ ਇੱਕ ਦਿਨ ਦਾ ਚੂਜ਼ਾ ਤੁਸੀਂ ਉੱਥੇ ਕਰਦੇ ਹੋ ਭੇਜਦੇ ਹੋ ਉਸ ਦਾ ਇਹ ਹੈ ਕਿ ਸਾਡੇ ਹੈਚ ਦਾ ਜਿਹੜੇ ਹੈ ਨਾ ਇਹ ਚੀਚਾ ਵਤਨੀ ਸਾਈਵਾਲ ਹੜੱਪਾ ਤੇ ਇਹ ਨਜ਼ਦੀਕ ਦੇ ਇਲਾਕੇ ਇਲਾਕੇ ਇਹਨਾਂ ਚ ਇਹਨਾਂ ਚ ਹੈ ਉਕਾੜੇ ਤੱਕ ਡਿਲੀਵਰੀ ਵੀ ਕਰਦੇ ਹਾਂਜੀ ਜੇਕਰ ਹੁਣ ਅਗਰੇ ਕੈਨ ਲਾਹੌਰ ਪਹੁੰਚਾਓ ਤੁਹਾਨੂੰ ਪਤਾ ਉਹ खर्चा भी पैन ठीक थे, है अच्छा तो व्यूवर्स ये जिन भाइयों ने कमेंट पहले के किए हुए थे ना जिन मैसेज पहले के किए हुए थे ये उनके आंसर थे ठीक है वीडियो ज़्यादा लंबी हो जानी थी ठीक है तो इनशा आपको नेक्स्ट भी कोई क्वेश्चन हो तो आप कॉमेंट कर दें या व्हाट्सएप पर मुझे मैसेज करें तो इनशाला आपको जो है वो मुकम्मल जवाब ले कर दूंगा तो ए, जो है वो इसके अलावा फीडिंग और वैक्सीनेशन की वीडियोस और माल की जो नेक्स्ट वीडियोस है ना वो इंशाल्लाह आपके साथ मुकम्मल शेयर करूंगा तो चैनल के साथ जुड़े रहिएगा चैनल को लाजमी आगे भी शेयर करें ताकि ज़्यादा लोगों का फ़ायदा हो सके तो इंशाल्लाह मिलते हैं फिर नेक्स्ट वीडियो में तब तक के लिए अल्लाह हाफिज़